ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਵਿਜਿਟ ਕਰ ਰਹੇ ਹੋ, ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅੱਜ ਤੁਹਾਡੇ ਨਾਲ ਬਹੁਤ ਜ਼ਰੂਰੀ ਵੀਡੀਓ ਲੱਗਿਆ। ਜਿਹੜੀ ਵੀਡੀਓ ਹੈ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਗਾਰਡਿੰਗ ਆ, ਅੰਮ੍ਰਿਤਸਰ। ਅਤੇ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਐਗਜ਼ਾਮੀਨੇਸ਼ਨ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਸਟੂਡੈਂਟ ਐਗਜ਼ਾਮੀਨੇਸ਼ਨ ਨੂੰ ਲੈ ਕੇ ਬਹੁਤ ਚਿੰਤਾ ਦੇ ਵਿੱਚ ਨੇ। ਐਗਜ਼ਾਮ ਆਫਲਾਈਨ ਕੰਡਕਟ ਹੋ ਜਾਣਗੇ ਜਾਂ ਆਨਲਾਈਨ, ਉਹਦਾ ਵੀ ਥੋੜ੍ਹਾ ਜਿਹਾ ਡਿਟੇਲ ਤੁਹਾਡੇ ਨਾਲ ਡਿਸਕਸ ਕਰਾਂਗੇ। ਪੋਸੀਬਿਲਿਟੀ ਕੀ ਬਣ ਰਹੀ ਹੈ ਅੱਜ ਦੇ ਟਾਈਮ 'ਤੇ ਤੁਹਾਡੇ ਨਾਲ ਗੱਲ ਕਰਾਂਗੇ, ਪੋਸੀਬਿਲਿਟੀ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਐਗਜ਼ਾਮ ਦਾ ਮੂਡ ਚੇਂਜ ਹੋ ਸਕਦਾ, ਜਿਹੜਾ ਐਗਜ਼ਾਮ ਕੰਡਕਟ ਕਰ ਰਹੀ ਹੈ ਯੂਨੀਵਰਸਿਟੀ, ਉਹਦਾ ਜਿਹੜਾ ਕਿ ਮੋਡ ਆ ਚੇਂਜ ਹੋ ਸਕਦਾ, ਉਹਦੀ ਵੀ ਗੱਲ ਕਰਾਂਗੇ। ਮੇਨ ਜਿਹੜਾ ਕੰਟੈਂਟ ਤਾਂ ਇਸਦੀ ਆ, ਦਸੰਬਰ ਐਗਜ਼ਾਮੀਨੇਸ਼ਨ ਕੰਡਕਟ ਕਰ ਰਹੀ ਹੈ ਆਫਲਾਈਨ ਦੇ ਵਿੱਚ, ਯੂਨੀਵਰਸਿਟੀ ਤਾਂ ਆਫਲਾਈਨ ਦੇ ਵਿੱਚ ਕਰ ਰਹੀ ਹੈ, ਪਰ ਸਟੂਡੈਂਟ ਕੀ ਚਾਹ ਰਹੇ ਨੇ ਸਾਡੇ ਐਗਜ਼ਾਮੀਨੇਸ਼ਨ ਆਨਲਾਈਨ ਕੰਡਕਟ ਕੀਤੇ ਜਾਣ। ਲਓ ਜੀ, ਗੱਲ ਕਰੀਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ। ਯੂਨੀਵਰਸਿਟੀ ਕੰਡਕਟ ਕਰ ਰਹੀ ਹੈ ਐਗਜ਼ਾਮੀਨੇਸ਼ਨ ਆਫਲਾਈਨ ਮੋਡ ਦੇ ਵਿੱਚ। ਯੂਨੀਵਰਸਿਟੀ ਦਾ ਇਹ ਜਿਹੜਾ ਡਿਸੀਜਨ ਆ, ਅਸੀਂ ਜਿਹੜੇ ਕਿ ਐਗਜ਼ਾਮੀਨੇਸ਼ਨ ਕੰਡਕਟ ਕਰਾਂਗੇ ਉਹ ਕਿਸ ਮੋਡ ਦੇ ਵਿੱਚ ਕਰਾਂਗੇ, ਆਫਲਾਈਨ। ਬਟ ਗੱਲ ਕਰੀਏ ਆਪਾਂ, ਸਟੂਡੈਂਟ ਜੂਨੀਅਰ ਪ੍ਰੋਟੈਸਟ ਕਰ ਰਹੇ ਆ, ਸਟੂਡੈਂਟ ਜਿੰਨੇ ਵੀ ਨੇ ਯੂਨੀਵਰਸਿਟੀ ਦੇ ਉਹ ਪ੍ਰੋਟੈਸਟ ਕਰ ਰਹੇ ਆ ਅਗੇਂਸਟ ਯੂਨੀਵਰਸਿਟੀ ਸਾਡੇ ਆਨਲਾਈਨ ਐਗਜ਼ਾਮੀਨੇਸ਼ਨ, ਆਡ ਸਮੈਸਟਰ ਐਗਜ਼ਾਮੀਨੇਸ਼ਨ ਕੰਡਕਟ ਕਰੇ। ਬਟ ਅੱਜ ਦੀ ਜਿਹੜੀ ਪੋਸੀਬਿਲਿਟੀ ਹੈ, ਪੋਸੀਬਿਲਿਟੀ ਇਹ ਹੈ ਕਿ ਆਨਲਾਈਨ ਐਗਜ਼ਾਮ ਹੋ ਸਕਦੇ ਨੇ, ਪੋਸੀਬਿਲਿਟੀ ਬਣ ਰਹੀ ਹੈ। ਇਹਦੇ ਦੋ ਕਾਰਨ ਨੇ, ਉਸ 'ਤੇ ਵੀ ਆਪਾਂ ਚਰਚਾ ਕਰਾਂਗੇ। ਇੱਕ ਕਾਰਨ ਦੇਖੋ ਜੀ, ਇੱਕ ਤਾਂ ਕਾਰਨ ਬਣ ਰਿਹਾ ਸਟੂਡੈਂਟ ਪ੍ਰੋਟੈਕਸ਼ਨ ਪ੍ਰੋਟੈਸਟ ਦਾ ਵੀ ਇੱਕ ਮਤਲਬ ਆ, ਇਹ ਫਸਟ ਕਾਰਨ ਬਣਦਾ, ਸਟੂਡੈਂਟ ਚਾਹ ਰਹੇ ਨੇ ਸਾਡੇ ਆਨਲਾਈਨ ਐਗਜ਼ਾਮ ਕੰਡਕਟ ਕੀਤੇ ਜਾਣ। ਸੈਕਿੰਡ, ਜਿਹੜਾ ਟੀਚਰ ਜਾਂ ਪ੍ਰੋਫੈਸਰ ਪ੍ਰੋਟੈਸਟ ਕਰ ਰਹੇ ਨੇ ਆਪਣੀ ਸੈਵਨਥ ਪੇ ਕਮਿਸ਼ਨ ਨੂੰ ਲੈ ਕੇ, ਜਿਹੜੇ ਕਿ ਐਗਜ਼ਾਮੀਨੇਸ਼ਨ ਕੰਡਕਟ ਕਰਨੇ ਨੇ ਉਹ ਕਿਹਨਾਂ ਨੇ ਕਰਨੇ ਆ, ਟੀਚਰ ਸਾਹਿਬਾਨ ਨੇ, ਅਤੇ ਉਹ ਕੀ ਕਰ ਰਹੇ ਨੇ ਪ੍ਰੋਟੈਸਟ, ਉਹ ਨਹੀਂ ਕਰ ਸਕਦੇ ਐਗਜ਼ਾਮੀਨੇਸ਼ਨ ਕੰਡਕਟ, ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਟੀਚਰ ਪ੍ਰੋਟੈਸਟ ਕਰ ਰਹੇ ਨੇ। ਪੁੱਟਾ ਦੇ ਪ੍ਰੈਜੀਡੈਂਟ ਨੇ ਕਿਹਾ ਵੀ ਅਸੀਂ ਐਗਜ਼ਾਮ ਕੰਡਕਟ ਨਹੀਂ ਕਰਾਂਗੇ, ਆਲ ਐਕਟੀਵਿਟੀਆਂ ਜਿਹੜੀਆਂ ਸਸਪੈਂਡ ਕੀਤੀਆਂ ਜਾਂਦੀਆਂ ਸਾਡੇ ਅਕੋਰਡਿੰਗ, ਅਸੀਂ ਨਾ ਤਾਂ ਐਗਜ਼ਾਮ ਕੰਡਕਟ ਕਰੀਏ ਅਤੇ ਨਾ ਹੀ ਸਾਡਾ ਕੋਈ ਐਕਟੀਵਿਟੀ ਹੋਵੇਗੀ। ਇਹ ਕਲੀਅਰ ਕਰ ਦਿੱਤਾ ਆ, ਯੂਨੀਵਰਸਿਟੀ ਵੀ ਇਸ ਚਰਚਾ 'ਤੇ ਲੈ ਕੇ ਪੋਸਟਪੋਨ ਕਰ ਦਿੱਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਗਜ਼ਾਮ। ਤਾਂ ਗੱਲ ਕਰੀਏ, ਫਸਟ ਸਟੂਡੈਂਟ ਪ੍ਰੋਟੈਸਟ ਚੱਲ ਰਿਹਾ, ਸੈਕਿੰਡ ਟੀਚਰ ਪ੍ਰੋਟੈਸਟ ਚੱਲ ਰਿਹਾ ਬਹੁਤ ਵੱਡੇ ਲਾਰਜ ਸਕੇਲ 'ਤੇ। ਤੀਸਰੀ ਗੱਲ ਕਰੀਏ ਕਰੋਨਾ, ਕਰੋਨਾ ਦੇ ਚੱਲਦੇ ਐਗਜ਼ਾਮ ਜਿਹੜੇ ਕਿ ਗਾਈਡਲਾਈਨ ਦੇ ਅਕੋਰਡਿੰਗ, UGC ਨੇ ਕੋਈ ਗਾਈਡਲਾਈਨ ਨਹੀਂ ਦਿੱਤੀ ਵੀ ਤੁਸੀਂ ਆਨਲਾਈਨ ਕੰਡਕਟ ਕਰੋ ਜਾਂ ਆਫਲਾਈਨ, ਉਹ ਯੂਨੀਵਰਸਿਟੀਆਂ ਦੇ ਡਿਸੀਜਨ ਆ। ਜੇਕਰ ਯੂਨੀਵਰਸਿਟੀ ਇਹ ਡਿਸੀਜਨ ਲੈਂਦੀ ਹੈ ਜਿਹੜੇ ਐਗਜ਼ਾਮੀਨੇਸ਼ਨ ਆਉਣ ਵਾਲੇ ਅਸੀਂ ਕਿਸ ਮੋਡ ਦੇ ਵਿੱਚ ਲਈਏ ਆਨਲਾਈਨ, ਤਾਂ ਕੋਈ ਦਿੱਕਤ ਨਹੀਂ ਹੈ, ਲੈ ਸਕਦੀ ਹੈ। ਜੇਕਰ ਉਹ ਕਹੇ ਅਸੀਂ ਆਫਲਾਈਨ ਕੰਡਕਟ ਕਰਨੇ ਆ ਤਾਂ ਲੈ ਸਕਦੀ ਹੈ। ਤੀਸਰਾ ਕਾਰਨ, ਜੇਕਰ ਕਰੋਨਾ ਦੇ ਕੇਸ ਵਧੇ, ਕੇਸ ਇਨਕਰੀਜ਼ ਹੋਏ ਤਾਂ ਪੋਸੀਬਿਲਿਟੀ ਬਣਦੀ ਹੈ। ਦੇਖੋ ਜੀ, ਹੁਣ ਜਿਹੜੀ ਕਿ ਪੋਸੀਬਿਲਿਟੀ 60% ਜਿਹੜੀ ਪੋਸੀਬਿਲਿਟੀ ਹੋ ਚੁੱਕੀ ਆ ਉਹ ਆਨਲਾਈਨ ਐਗਜ਼ਾਮੀਨੇਸ਼ਨ ਦੀ ਹੋ ਚੁੱਕੀ ਹੈ। ਉੱਧਰੀ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, PUP ਦੀ, ਉੱਥੇ ਵੀ ਪੋਸੀਬਿਲਿਟੀ ਸੇਮ ਕ੍ਰਾਈਟੇਰੀਆ ਇੱਥੇ ਚੱਲ ਰਿਹਾ, ਐਗਜ਼ਾਮ ਆਨਲਾਈਨ ਹੋ ਸਕਦੇ ਨੇ, ਐਸੀ ਪੋਸੀਬਿਲਿਟੀ ਆ। ਬਟ ਮੈਂ ਕਲੀਅਰ ਨਹੀਂ ਕਹਿੰਦਾ, ਪੋਸੀਬਿਲਿਟੀ ਬਣ ਰਹੀ ਹੈ ਐਗਜ਼ਾਮ ਕਿਸ ਤਰ੍ਹਾਂ ਕੰਡਕਟ ਕੀਤੇ ਜਾਣ, ਕਿਉਂਕਿ ਜਿੰਨਾ ਚਿਕ ਉਹ ਡੇਟ ਸ਼ੀਟ ਅਨਾਊਂਸ ਕਰ ਦਿੰਦੇ ਆ ਉਹਦੇ ਵਿੱਚ ਪੋਸਟਪੋਨ ਕੀਤਾ ਜਾਂਦਾ। ਸੇਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਆਉਣ ਵਾਲੇ ਐਗਜ਼ਾਮੀਨੇਸ਼ਨ ਪੋਸਟਪੋਨ ਕਰ ਦਿੱਤੇ ਆ, ਕੋਈ ਹਜੇ ਡੇਟ ਸ਼ੀਟ ਨਵੀਂ ਅਨਾਊਂਸ ਨਹੀਂ ਕੀਤੀ। ਅਤੇ ਇਸ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਪਟਿਆਲਾ ਨੇ ਵੀ ਆਪਣੇ ਪੋਸਟਪੋਨ ਕਰ ਦਿੱਤੇ ਨੇ ਐਗਜ਼ਾਮੀਨੇਸ਼ਨ। ਉੱਧਰ ਇਹ ਚੱਲਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰੀਏ, ਉਹਨਾਂ ਨੇ ਵੀ ਐਗਜ਼ਾਮੀਨੇਸ਼ਨ ਪੋਸਟਪੋਨ ਕਰ ਦਿੱਤੇ। ਬਟ ਜਿਹੜੇ ਐਗਜ਼ਾਮੀਨੇਸ਼ਨ 'ਤੇ ਜ਼ਿਆਦਾ ਦਿੱਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਨਹੀਂ ਆਉਂਦੀ, ਕਿਉਂਕਿ ਆਨਲਾਈਨ ਐਗਜ਼ਾਮ ਕੰਡਕਟ ਕਰਨੇ ਆ ਅਤੇ ਇਹਦੇ ਵਿੱਚ ਇੰਨੇ ਟੀਚਰ ਸਾਹਿਬਾਨਾਂ ਦੀ ਜ਼ਰੂਰਤ ਤਾਂ ਨਹੀਂ ਹੁੰਦੀ। ਜੇਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੱਲ ਕਰੀਏ, ਇਸ ਦੀ ਗੱਲ ਕਰੀਏ, ਜਾਂ ਫਿਰ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰੀਏ, ਇਹਦੇ ਵਿੱਚ ਆਫਲਾਈਨ ਕੰਡਕਟ ਕਰਨ ਦੇ ਲਈ ਪੂਰਾ ਸ਼ਡਿਊਲ ਉਹਨਾਂ ਨੂੰ ਵੀ ਸ਼ਡਿਊਲ ਬਣਾਉਣਾ ਪੈਣਾ, ਸ਼ਡਿਊਲ, ਠੀਕ ਹੈ ਜੀ। ਉਸਦੇ ਨਾਲ ਐਗਜ਼ਾਮੀਨਰ ਬਿਠਾਉਣੇ ਪੈਣੇ ਆ, ਐਗਜ਼ਾਮ ਕੰਡਕਟ ਕਰਨਾ ਆਫਲਾਈਨ ਦਾ ਬਹੁਤ ਵੱਡਾ ਸਿਸਟਮ। ਅਤੇ ਅੱਜ ਦੇ ਟਾਈਮ ਦੇ ਵਿੱਚ ਪੋਸੀਬਿਲਿਟੀ ਬਣ ਰਹੀ ਹੈ ਆਨਲਾਈਨ, ਪ੍ਰੋਟੈਸਟ ਲਗਾਤਾਰ ਜੱਚ ਕੇ ਚੱਲ ਰਹੇ ਨੇ, ਤਾਂ ਮੇਰਾ ਵੀ ਕਹਿਣ ਦਾ ਮਤਲਬ ਹੈ ਇਹੀ ਕਿ ਐਗਜ਼ਾਮੀਨੇਸ਼ਨ ਆਨਲਾਈਨ ਹੋ ਸਕਦੇ ਆ, ਪੋਸੀਬਿਲਿਟੀ ਬਣ ਰਹੀ ਹੈ, ਤਾਂ ਸਟੂਡੈਂਟ ਕਿਤੇ ਨਾ ਜਾਣ, ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਜਿੰਨੇ ਵੀ ਆਪਣੇ ਐਗਜ਼ਾਮੀਨੇਸ਼ਨ ਨੇ ਆਉਟ ਸਮੈਸਟਰ ਦੇ, ਤਾਂ ਮੈਨੂੰ ਬਹੁਤ ਸਾਰੇ ਸਟੂਡੈਂਟ ਕਰ ਰਹੇ ਨੇ ਸਾਡੇ ਆਨਲਾਈਨ ਕਿਉਂ ਨਹੀਂ ਹੋ ਰਹੇ, ਉਹਦੇ ਪਿੱਛੇ ਰੀਜ਼ਨ ਸੀ,
ਹੁਣ ਤੁਹਾਡੇ ਨਾਲ ਥ੍ਰੀ ਫੈਕਟਸ ਦੇ ਨਾਲ ਗੱਲ ਕੀਤੀ ਆ ਅਤੇ ਸ਼ਾਇਦ ਆਉਣ ਵਾਲੇ ਐਗਜ਼ਾਮੀਨੇਸ਼ਨ ਜਿਹੜੇ ਕਿ ਪੋਸਟਪੋਨ ਹੋ ਚੁੱਕੇ ਆ ਜਿਹੜੇ ਉਹ ਕਿਸ ਤਰ੍ਹਾਂ ਹੋ ਜਾਣ, ਪੋਸਟਪੋਨਸ ਹੋ ਚੁੱਕੇ ਸੀ ਉਹ ਕਿਸ ਮੂਡ ਦੇ ਵਿੱਚ ਹੋਣ, ਉਹ ਆਨਲਾਈਨ ਦੇ ਵਿੱਚ, ਕਿਉਂਕਿ ਮੇਨ ਕਾਰਨ ਆਫਲਾਈਨ ਕੰਡਕਟ ਕਰਨਾ ਨਹੀਂ ਸੀ, ਮੇਨ ਕਾਰਨ ਟੀਚਰਾਂ ਦੇ ਨਾਲ ਨਾਲ ਪ੍ਰੋਟੈਸਟ ਕਰ ਰਹੇ ਨੇ ਇਹਦੇ ਨਾਲ, ਕਿਉਂਕਿ ਐਗਜ਼ਾਮੀਨੇਸ਼ਨ ਆਲਰੇਡੀ ਟੀਚਰ 'ਤੇ ਵੀ ਡਿਪੈਂਡ ਕਰਦਾ, ਇਸ ਦੇ ਨਾਲ ਸਟੂਡੈਂਟ ਜਿਨ੍ਹਾਂ ਨੇ ਪੇਪਰ ਦੇਣੇ ਆ, ਜਿਨ੍ਹਾਂ ਨੇ ਪੇਪਰ ਲੈਣੇ ਆ ਅਤੇ ਜਿਨ੍ਹਾਂ ਨੇ ਪੇਪਰ ਦੇਣੇ ਆ, ਉਹ ਦੋਨੇ ਹੀ ਪ੍ਰੋਟੈਸਟ ਕਰ ਰਹੇ ਨੇ। ਯੂਨੀਵਰਸਿਟੀ ਅੱਗੇ ਇਹਨਾਂ ਦੀ ਪਾਵਰ ਬਹੁਤ ਵੱਡੀ ਹੈ, ਟੈਨਸ਼ਨ ਲੈਣ ਦੀ ਗੱਲ ਨਹੀਂ ਹੈ। ਐਗਜ਼ਾਮੀਨੇਸ਼ਨ ਤੁਹਾਡੇ ਕਿਸ ਤਰ੍ਹਾਂ ਵੀ ਹੋਣ, ਮੈਂ ਨਹੀਂ ਕਹਿੰਦਾ ਵੀ ਆਨਲਾਈਨ ਹੋਣਗੇ, ਮੈਂ ਸ਼ਿਓਰ ਨਹੀਂ ਗਾ ਵੀ ਤੁਹਾਡੇ ਐਗਜ਼ਾਮ ਆਨਲਾਈਨ ਹੀ ਹੋਣਗੇ, ਬਟ ਤੁਸੀਂ ਆਪਣੀ ਤਿਆਰੀ ਰੱਖੋ। ਜਿੰਨੇ ਵੀ ਸਟੂਡੈਂਟ ਆ ਉਹਨਾਂ ਨੂੰ ਇਹੀ ਰਿਕੁਐਸਟ ਆ, ਸਟੂਡੈਂਟਾਂ ਨੂੰ ਆਪਣੀ ਪ੍ਰੈਪਰੇਸ਼ਨ ਕਰਕੇ ਰੱਖਿਓ, ਕਿਉਂਕਿ ਕਦੋਂ ਵੀ ਹੋ ਸਕਦੇ ਐਗਜ਼ਾਮੀਨੇਸ਼ਨ। ਬਟ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ, ਪੰਜਾਬ ਯੂਨੀਵਰਸਿਟੀ ਨੇ ਵਿੰਟਰ ਬ੍ਰੇਕ ਲੈ ਲਈ ਹੈ 18 ਦਸੰਬਰ ਤੋਂ ਲੈ ਕੇ 25 ਤੱਕ, ਤਾਂ ਹੁਣ ਇਹ ਯੂਨੀਵਰਸਿਟੀ ਕੀ ਕਹਿ ਰਹੀ ਹੈ, ਪਿੱਛੇ ਜੇ ਆਪਾਂ 20 ਤਰੀਕ ਤੋਂ ਲੈ ਕੇ 25 ਤੱਕ ਇਹਨਾਂ ਨੇ ਸਟਾਰਟਿੰਗ ਕਰਨੀ ਸੀ ਐਗਜ਼ਾਮੀਨੇਸ਼ਨ ਦੀ, ਜੇਕਰ ਇਹ ਵੀ ਵਿੰਟਰ ਬ੍ਰੇਕ ਲੈਂਦੇ ਨੇ ਫਿਰ ਦਿੱਕਤ ਆ, ਫਿਰ ਕਾਫੀ ਲੰਬੇ ਚਲੇ ਜਾਣਗੇ ਐਗਜ਼ਾਮੀਨੇਸ਼ਨ। ਜੇਕਰ ਨਹੀਂ ਲੈਂਦੀ ਨੇ 20-25 ਦੀ ਡੇਟ ਦੇ ਵਿੱਚ ਇਹਨਾਂ ਨੇ ਡੇਟ ਸ਼ੀਟ ਅਨਾਊਂਸ ਕਰਨੀ ਹੈ ਆਪਣੀ, ਡੇਟ ਸ਼ੀਟ ਅਨਾਊਂਸ ਕਰਨ ਤੋਂ ਬਾਅਦ ਇਹਨਾਂ ਨੇ ਡੇਟ ਸ਼ੀਟ ਤੋਂ ਬਾਅਦ ਹੀ ਐਗਜ਼ਾਮ ਕੰਡਕਟ ਕਰਨੇ ਆ। ਜਿਹੜਾ ਕਿ ਐਗਜ਼ਾਮੀਨੇਸ਼ਨ ਮੋਡ ਆ ਹਜੇ ਉਹ ਕਲੀਅਰ ਨਹੀਂ ਕਰ ਪਾਏ ਚੰਗੀ ਤਰ੍ਹਾਂ, ਵੈਸੇ ਤਾਂ ਆਫਲਾਈਨ ਲੈ ਰਹੀ ਹੈ ਯੂਨੀਵਰਸਿਟੀ ਐਗਜ਼ਾਮ, ਪਰ ਹਜੇ ਤੱਕ ਕਲੀਅਰ ਨਹੀਂ ਕੀਤਾ ਕਲੀਅਰ ਕਿਸੇ ਵੀ। ਜੇਕਰ ਡੇਟ ਸ਼ੀਟ ਦੀ ਗੱਲ ਕਰੀਏ, ਹਾਂਜੀ ਡੇਟ ਸ਼ੀਟ ਦੀ ਗੱਲ ਕਰੀਏ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡੇਟ ਸ਼ੀਟ 'ਤੇ ਪਾਰਸ਼ਲੀ ਤੌਰ 'ਤੇ ਓਪਨਲੀ ਤੌਰ 'ਤੇ ਆਨਲਾਈਨ ਲਿਖਿਆ ਹੋਇਆ ਆਨਲਾਈਨ ਮੋਡ, ਤਾਂ ਪੰਜਾਬੀ ਯੂਨੀਵਰਸਿਟੀ ਨੇ ਆਨਲਾਈਨ ਨਹੀਂ ਲਿਖਿਆ ਸੀ, ਮਤਲਬ ਆਫਲਾਈਨ ਲੈ ਰਹੀ ਆ। ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਹੋਰ ਮੈਂ ਦੇਖੀ ਸੀ ਡੇਟ ਸ਼ੀਟ, ਉਸ 'ਤੇ ਵੀ ਕੋਈ ਮੋਡ ਮੈਂਸ਼ਨ ਨਹੀਂ ਕੀਤਾ, ਇਹਦਾ ਮਤਲਬ ਆ ਚੇਂਜ ਹੋ ਸਕਦਾ ਦੋਨੇ ਹੀ ਯੂਨੀਵਰਸਿਟੀਆਂ ਦੀ। ਜੇ ਗੱਲ ਕਰੀਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਸ਼ਾਇਦ ਹੋ ਜਾਵੇ ਆਨਲਾਈਨ ਐਗਜ਼ਾਮੀਨੇਸ਼ਨ, ਘਬਰਾਉਣ ਦੀ ਗੱਲ ਨਹੀਂ ਹੈ। ਜਿਹੜੀ ਅਪਡੇਟ ਆ ਹਜੇ ਕੋਈ ਵੀ ਅਪਡੇਟ ਨਹੀਂ ਆਈ ਐਗਜ਼ਾਮੀਨੇਸ਼ਨ ਕਦੋਂ ਸਟਾਰਟ ਆ, ਕਿਵੇਂ ਹੋਣਗੇ, ਉਹ ਸਾਰੀ ਡਿਟੇਲ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਸਾਡੇ ਨਾਲ ਸ਼ੇਅਰ ਕਰਨਾ JV ਸਟੇਸ਼ਨ ਇੰਸਟਾਗ੍ਰਾਮ ਅਕਾਊਂਟ 'ਤੇ, ਜਾਂ ਫਿਰ ਸਾਨੂੰ ਇਸ ਵੀਡੀਓ 'ਤੇ ਕਮੈਂਟ ਕਰ ਦੇਣਾ ਜੋ ਵੀ ਤੁਹਾਡੀ ਇਨਕੁਆਇਰੀ ਹੋਈ।